ਫਾਜ਼ਿਲਕਾ ਦੇ ਪਿੰਡ ਕਰਨੀ ਖੇੜਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਵਿੱਚੋਂ ਪੇਪਰ ਦੇ ਕੇ ਬਾਹਰ ਆਏ ਸਟੂਡੈਂਟ ਦੇ ਨਾਲ ਕੀਤੀ ਗਈ ਕੁੱਟਮਾਰ, ਹੋਇਆ ਜ਼ਖਮੀ ਸਿਵਲ ਹਸਪਤਾਲ ਦੇ ਵਿੱਚ ਕਰਵਾਇਆ ਭਰਤੀ। ਫਾਜ਼ਿਲਕਾ ਦੇ ਪਿੰਡ ਕਰਨੀ ਖੇੜਾ ਦੇ ਸਰਕਾਰੀ ਸਕੂਲ ਦੇ ਵਿੱਚੋਂ ਪੇਪਰ ਦੇ ਕੇ ਬਾਹਰ ਆਏ ਇੱਕ ਸਟੂਡੈਂਟ ਦੇ ਨਾਲ ਕੁੱਟਮਾਰ ਕੀਤੀ ਗਈ ਹੈ, ਜਿਸ ਦੇ ਚਲਦਿਆਂ ਸਟੂਡੈਂਟ ਜ਼ਖਮੀ ਹੋ ਗਿਆ, ਜਿਸ ਨੂੰ ਉਪਚਾਰ ਦੇ ਲਈ ਫਾਜ਼ਿਲਕਾ ਦੇ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ। ਹਸਪਤਾਲ ਦੇ ਵਿੱਚ ਭਰਤੀ ਸਟੂਡੈਂਟ ਨੇ ਦੱਸਿਆ ਕਿ ਉਹ ਪੇਪਰ ਦੇ ਕੇ ਸਕੂਲ ਤੋਂ ਬਾਹਰ ਆਇਆ ਤਾਂ 30-40 ਲੜਕੇ ਉਸਨੂੰ ਕੁੱਟਣ ਮਾਰਨ ਲੱਗ ਪਏ, ਜਿਸ ਦੇ ਚਲਦਿਆਂ ਉਹ ਜ਼ਖਮੀ ਹੋ ਗਿਆ। ਜ਼ਖਮੀ ਹੋਣ ਤੋਂ ਬਾਅਦ ਉਸਨੂੰ ਸਟੂਡੈਂਟਸ ਵੱਲੋਂ ਹੀ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ, ਜਿੱਥੇ ਉਸਦਾ ਇਲਾਜ ਕੀਤਾ ਜਾ ਰਿਹਾ। ਇਸ ਮਾਮਲੇ ਦੇ ਵਿੱਚ ਸਟੂਡੈਂਟ ਵੱਲੋਂ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ। ਕੀ ਨਾਮ ਹੈ ਤੇਰਾ? ਜੀ ਗੁਰਜੀਤ ਸਿੰਘ। ਕਿੱਥੇ ਪੜ੍ਹਦੇ ਹੋ? ਜੀ ਕਰਨੀ ਖੇੜਾ। ਕੀ ਗੱਲ ਹੋਈ ਜੀ? ਪਤਾ ਨਹੀਂ ਕੀ ਹੋਇਆ ਜੀ, ਮੈਂ ਸਕੂਲ ਤੋਂ ਜੀ ਮਤਲਬ ਪੇਪਰ ਦੇ ਕੇ ਬਾਹਰ ਨਿਕਲਿਆ ਸੀ ਜੀ। ਜੀ ਮਤਲਬ ਬਾਹਰ ਨਿਕਲਿਆ ਸੀ ਅਤੇ ਉਸ ਤੋਂ ਬਾਅਦ ਜੀ ਉਹ ਸਾਹਮਣੇ ਖੜ੍ਹੇ ਸੀ ਦੂਰ ਥੋੜ੍ਹਾ ਜਿਹਾ, ਜੀ ਮੈਂ ਜੀ ਘਰ ਜਾ ਰਿਹਾ ਸੀ ਜੀ, ਯਕਦਮ ਭੱਜ ਕੇ ਅੱਗੋਂ ਆ ਗਿਆ ਸੀ ਅਤੇ ਮਰਨ ਲੱਗ ਗਿਆ ਸੀ ਜੀ। 40-50 ਮੁੰਡਾ ਸੀਗਾ ਜੀ, ਸਾਰੇ ਮਰਨ ਲੱਗ ਗਿਆ ਸੀ ਜੀ। ਕਾਰਨ? ਕਾਰਨ ਜੀ ਪਤਾ ਨਹੀਂ ਜੀ, ਉਹਨਾਂ ਨੂੰ ਪਤਾ ਹੈ ਜੀ। ਕੋਈ ਥੋੜ੍ਹੀ ਬੁੱਤੀ ਕੋਈ ਪਹਿਲਾਂ ਕਿਸ ਤਰ੍ਹਾਂ ਦੀ ਗੱਲ ਹੋਈ ਹੋਵੇ? ਕੋਈ ਨਹੀਂ ਹੋਈ ਜੀ। ਕੋਈ ਪੁਰਾਣੀ ਰੰਜਿਸ਼ ਹੋਵੇ? ਪੁਰਾਣੀ ਰੰਜਿਸ਼ ਜੀ ਪਤਾ ਨਹੀਂ, ਉਹ ਪਹਿਲਾਂ ਹੋਇਆ ਸੀ ਰੋਲਾ ਜੀ। ਜਿਹੜਾ ਕੋਈ ਪਹਿਲਾਂ ਰੋਲਾ ਹੋਇਆ ਸੀ ਅੰਦਰ ਆਈ ਨਾਮ ਹੋ ਗਿਆ ਜੀ ਤੁਹਾਡਾ? ਨਹੀਂ ਜੀ ਨਹੀਂ ਹੋਇਆ ਜੀ। ਉੱਲੇ ਵੀ ਉਹਨਾਂ ਲੈ ਕੇ ਹੋਈ ਸੀ ਪਹਿਲਾਂ? ਉੱਲੇ ਵੀ ਵੈਸੇ ਹੀ ਹੋਈ ਸੀ, ਮੇਰੇ ਪਹਿਲਾਂ ਹੀ ਭਰਾ ਨੂੰ ਮਾਰਿਆ ਸੀਗਾ, ਸਿਰ ਤੇ ਸੱਟ ਮਾਰੀ ਸੀ ਉਹਨਾਂ। ਕਿੰਨਾ ਸਮਾਂ ਪਹਿਲਾਂ ਦੀ ਗੱਲ ਹੈ? ਜੋ ਅਰਲੀ ਥੋੜੇ ਦਿਨ ਹੀ ਹੋਏ ਨੇ ਜੀ। ਤੇ ਹੁਣ ਸਕੂਲ ਦੇ ਗੇਟ ਤੇ ਹੀ ਹੋਈ ਹੈ? ਸਕੂਲ ਤੋਂ ਸਕੂਲ ਦੇ ਮਤਲਬ ਖੱਬੇ ਹੱਥ ਹੋਈ ਸੀ ਜੀ। ਹੁਣ ਤੁਸੀਂ ਪੁਲਿਸ ਨੂੰ ਇਤਲਾਹ ਕਰ ਦਿੱਤੀ ਹੈ? ਨਹੀਂ ਜੀ। ਤੁਹਾਨੂੰ ਇੱਥੇ ਕੌਣ ਲੈ ਕੇ ਆਇਆ? ਇੱਥੇ ਜੀ ਸਟੂਡੈਂਟ ਜੀ। ਤੁਹਾਡੇ ਪਰਿਵਾਰ ਨੂੰ ਪਤਾ ਲੱਗ ਗਿਆ? ਹਾਂਜੀ। ਹੁਣ ਕੀ ਮੰਗ ਕਰਦੇ ਹੋ? ਸਾਨੂੰ ਜੀ ਇਨਸਾਫ ਚਾਹੀਦਾ ਜੀ। ਹਾਂਜੀ, ਤੁਹਾਡਾ ਕੀ ਨਾਮ ਹੈ ਜੀ? ਜਸਪਾਲ ਸਿੰਘ। ਹਾਂਜੀ, ਇਹ ਬੱਚਾ ਤੁਹਾਡਾ ਕੀ ਲੱਗਦਾ? ਲੜਕਾ ਹੈ ਜੀ। ਕੀ ਗੱਲ ਹੋਈ? ਗੱਲ ਜੀ ਸਾਨੂੰ ਤਾਂ ਪਤਾ ਨਹੀਂ, ਸਵੇਰੇ ਬੱਚਾ ਸਕੂਲ ਆਇਆ ਸੀ, ਪੇਪਰ ਸੀ ਅੱਜ, ਪੇਪਰ ਕਰਕੇ ਉੱਥੋਂ ਲੜ ਪਿਆ, ਪਤਾ ਨਹੀਂ ਕਿਵੇਂ ਲੜਾਈ ਹੋਈ ਹੈ, ਸਾਨੂੰ ਪਤਾ ਨਹੀਂ ਲੱਗਿਆ। ਬੱਚੇ ਸਕੂਲ ਦੇ ਬੱਚਿਆਂ ਨੇ ਚੱਕ ਕੇ ਲਿਆ ਕੇ ਫਾਜ਼ਿਲਕਾ ਲੈ ਜਾਂਦਾ ਸੀ ਹੋਸਪਿਟਲ ਸਰਕਾਰੀ। ਕਿੰਨੀ ਕੁ ਸੱਟ ਸੁੱਟ ਆਈ? ਸੱਟਾਂ ਦਾ ਜੀ ਅਜੇ ਹੁਣ ਡਾਕਟਰਾਂ ਨੂੰ ਪਤਾ ਮਿਲਾਂਗੇ, ਹੁਣ ਸਾਰਾ ਪਤਾ ਕਰਾਂਗੇ, ਸਾਨੂੰ ਤਾਂ ਪਤਾ ਹੀ ਹੋਣ ਲੱਗਿਆ। ਮੰਗ ਇਹ ਕਰਦੇ ਹਾਂ ਵੀ ਸਾਨੂੰ ਇਨਸਾਫ ਚਾਹੀਦਾ, ਕਿਉਂਕਿ ਕੇਸ ਵਾਸਤੇ ਬੱਚੇ ਕੋਈ ਤੁਹਾਨੂੰ ਪਤਾ ਨਹੀਂ ਪਹਿਲਾਂ ਕੋਈ ਗੱਲਬਾਤ ਹੋਈ ਹੋਵੇ ਕਿਸੇ ਤਰ੍ਹਾਂ ਦੀ? ਗੱਲਬਾਤ ਪਹਿਲਾਂ ਜੀ, ਪਹਿਲਾਂ ਅੱਜ ਤੋਂ 6 ਮਹੀਨੇ ਪਹਿਲਾਂ ਇਹ ਮਾੜੇ ਮੋਟੇ ਲੜੇ ਸੀ, ਮੁੰਡੇ ਹੱਥ ਚਾਰੀ ਹੋਈ ਸੀ, ਉਸ ਤੋਂ ਬਾਅਦ ਅਸੀਂ ਚੁੱਪ ਕਰ ਗਏ। ਮੈਂ ਕਿਹਾ ਚਲੋ ਬੱਚੇ ਹੈਗੇ ਆ, ਵੀ ਕੁਛ ਨਹੀਂ ਹੁੰਦਾ, ਬਾਅਦ ਚ ਆਪੇ ਸਹੀ ਹੋ ਜਾਣਗੇ, ਸਮਝਾਇਆ ਸੀ। ਪਰ ਫਿਰ ਆ ਹੁਣ ਫਿਰ ਹੀ ਉਹਨਾਂ ਨੇ ਵਾਕਾ ਕਰਤਾ ਦੁਬਾਰਾ।